ਇੱਕ ਮਹੱਤਵਪੂਰਨ ਫੈਸਲਾ ਹੋਰ ਹੈ ਪਿਛਲੀ ਵਾਰ ਵੀ ਕੀਤਾ ਸੀ ਕਿ ਡੀਐਸਆ ਜਿਹੜੇ ਬਿਨਾ ਕਦੂ ਕੀਤਿਆਂ ਸਿੱਧੀ ਬਜਾਈ ਕਰਨਗੇ ਉਹਨਾਂ ਨੂੰ 1500 ਰੁਪਿਆ ਪਰ ਏਕੜ ਦੇ ਹਿਸਾਬ ਨਾਲ ਜਿਹੜੀ ਹੈ ਸਨਮਾਨ ਰਾਸ਼ੀ ਕਹਿ ਲਓ ਕਿਉਂਕਿ ਪਾਣੀ ਬਚਾਉਣਾ ਤਾਂ ਸਨਮਾਨ ਹੀ ਕਰਨਾ ਪੈਂਦਾ ਜਿਹਨੇ ਪਾਣੀ ਦਾ ਇੱਕ ਤੁਕਕਾ ਵੀ ਬਚਾਇਆ ਜਾਂ ਸਬਸਿਡੀ ਕਹਿ ਲਓ ਜੋ ਵੀ ਇਹਨੂੰ ਨਾਮ ਦਿਓਗੇ ਤਾਂ ਜਿਹੜੇ ਡੀਐਸਆ ਨਹੀਂ ਬਜਾਈ ਕਰਨਗੇ ਸਿੱਧੀ ਬਿਜਾਈ ਕਰਨਗੇ ਪਾਣੀ ਕੱਦੂ ਤੋਂ ਬਿਨਾ ਤਾਂ ਉਹਨਾਂ ਨੂੰ 1500 ਰੁਪਏ ਪਰ ਏਕੜ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ